ਮੈਥ ਦੀ ਵੀਕਲੀ ਕੰਪੀਟੈਂਸੀ ਸ਼ੀਟ 5 ਨੰਬਰ ਕਰਦੇ ਪਏ ਸੀ, ਉਹਦੇ ਆਪਾਂ 5 ਸਵਾਲ ਕਰ ਲਏ ਸੀ, ਅੱਜ 6ਵਾਂ ਸਵਾਲ ਕਰਦੇ ਹਾਂ। ਕਹਿੰਦਾ ਜੇਕਰ ਅੰਕਿਤ ਮੁੱਲ x ਤੇ a % ਪ੍ਰਤੀਸ਼ਤ ਛੋਟ ਹੈ ਤਾਂ ਛੋਟ ਕਿੰਨੀ ਹੋਵੇਗੀ? ਇਫ a % ਇਜ਼ ਦਾ ਡਿਸਕਾਊਂਟ % ਔਨ ਅ ਮਾਰਕ ਪ੍ਰਾਈਸ x, ਦੈਨ ਵਾਟ ਇਜ਼ ਦਾ ਡਿਸਕਾਊਂਟ? ਮੰਨ ਲਓ ਤੁਸੀਂ ਬਾਜ਼ਾਰ ਗਏ, ਤੁਸੀਂ ਇੱਕ ਸ਼ਰਟ ਖਰੀਦੀ 500, ਕਹਿੰਦਾ ਉਹਦੇ ਉੱਪਰ ਤੁਹਾਨੂੰ 50% ਆਫ ਮਿਲਦਾ ਪਿਆ, ਜਾਣਦੇ ਹੋ ਨਾ, ਕਹਿੰਦੇ ਨਾ ਦੁਕਾਨਦਾਰ 50% ਆਫ ਹੈ, ਤਾਂ ਫਿਰ 500 ਦਾ 50% ਆਪਾਂ ਕੱਢਣਾ। ਹੁਣ ਦੱਸੋ ਆਪਾਂ ਇਹ ਕਿੰਨੀ ਵਾਰ ਕਰ ਲਿਆ ਨਾ, 500 ਦਾ ਮਤਲਬ ਇਹੀ ਕਰ ਦੇਣਾ। ਹੁਣ ਇੱਥੇ 500 ਦੀ ਬਜਾਏ ਕਿੰਨਾ ਮੁੱਲ ਹੈ? ਠੀਕ ਹੈ ਜੀ, a % ਯਾਨੀ ਕਿ 50% ਦੀ ਜਗ੍ਹਾ ਕੀ ਦਿੱਤਾ ਹੈ a, ਯਾਨੀ ਕਿ ਗੁਣਾ a / 100 ਤਾਂ ਕਿਹੜਾ ਜਵਾਬ ਆ ਗਿਆ? x ਗੁਣਾ a / 100, 100 ਜਾਂ ਇਕੱਲਾ a ਦੇ ਥੱਲੇ ਲਾ ਲਓ ਜਾਂ ਐਵੇਂ ਲਾ ਲਓ, ਇੱਕੋ ਹੀ ਗੱਲ ਹੁੰਦੀ ਹੈ, ਆ ਵੀ ਸਹੀ ਹੈ ਆ ਵੀ ਸਹੀ। ਸਮਝ ਲੱਗ ਗਈ? ਹੁਣ ਜਦੋਂ ਤੁਸੀਂ ਬਾਜ਼ਾਰ ਜਾਓਗੇ, ਕੋਈ ਚੀਜ਼ ਖਰੀਦੋਗੇ, ਤੁਹਾਨੂੰ ਕੋਈ ਦੁਕਾਨ ਦਾ ਡਿਸਕਾਊਂਟ ਹੋਊਗਾ, ਤਾਂ ਆਪ ਹੱਲ ਕਰ ਸਕੋਗੇ, ਕੱਢ ਸਕੋਗੇ ਕਿ ਕਿੰਨਾ ਡਿਸਕਾਊਂਟ ਮਿਲਦਾ, ਕਰ ਲਓਗੇ? ਧੋਖਾ ਤਾਂ ਨਹੀਂ ਖਾਓਗੇ? ਜਿੰਨੇ ਰੁਪਏ ਦੀ ਚੀਜ਼ ਹੈ ਉਹਦੇ ਤੇ ਉਹਨੇ % ਨੂੰ ਗੁਣਾ ਕਰਕੇ ਬਾਅਦ ਚੋਂ ਸੋਨਾ ਕੀ ਕਰ ਦੇਣਾ ਭਾਗ। ਸਮਝ ਲੱਗ ਗਈ? ਇਹ ਬੇਟਾ ਆਪਣੀ ਆਮ ਜ਼ਿੰਦਗੀ ਦੀ ਜ਼ਰੂਰਤਾਂ ਵਾਲੇ ਕੁਐਸਚਨ ਹੈ, ਪਰ ਆਪਾਂ ਇਹਨੂੰ ਸਿਰਫ ਇਹ ਸੋਚੀਏ ਕਿ ਪੜ੍ਹਾਈ 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 ਹੈ, ਜਦਕਿ ਤੁਸੀਂ ਬਾਜ਼ਾਰ ਜਾਂਦੇ ਹੋ ਖਰੀਦਦਾਰੀ ਕਰਦੇ ਤੇ ਇਹ ਚੀਜ਼ਾਂ ਕੰਮ ਆਉਂਦੀਆਂ, ਉੱਥੇ ਜੇ ਆਪਾਂ ਨੂੰ ਨਹੀਂ ਆਉਗਾ ਤਾਂ ਦੁਕਾਨਦਾਰ ਆਪਾਂ ਨੂੰ ਧੋਖਾ ਕਰ ਲੂਗਾ, ਪਤਾ ਹੀ ਨਹੀਂ ਚੱਲਣਾ, ਤੇ ਆਪਾਂ ਕਦੇ ਕੈਲਕੂਲੇਟ ਹੀ ਨਹੀਂ ਕਰਦੇ ਆਪਾਂ ਉਹ ਜਿੰਨੇ ਪੈਸੇ ਕਹਿੰਦਾ ਆਪਾਂ ਦੇ ਦਿੰਦੇ। ਅੱਛਾ, 7ਵਾਂ ਸਵਾਲ, ਇੱਕ ਸਕੂਲ ਵਿੱਚ ਕੁੱਲ 1200 ਵਿਦਿਆਰਥੀ ਵਿੱਚੋਂ 60% ਕੀ ਹੈ? 1200 ਬੱਚੇ ਹੈ, 60% ਮੁੰਡੇ ਹੈ, ਮੁੰਡੇ ਤੇ ਕੁੜੀਆਂ ਦੀ ਗਿਣਤੀ ਪਤਾ ਕਰਨੀ, ਹੁਣ ਤਾਂ ਉਹਨੇ ਕਿ ਗਿਣਤੀ ਦੱਸੋ ਕਿ 1200 ਚੋਂ ਕਿੰਨੇ ਮੁੰਡੇ ਆ, 400 ਹੈ, 500 ਕਿੰਨੇ, ਉਹਨੇ ਪ੍ਰਤੀਸ਼ਤ ਦਿੱਤੇ ਕਿ ਕਿੰਨੇ ਪ੍ਰਤੀਸ਼ਤ ਮੁੰਡੇ ਆ, 60, ਤਾਂ ਫਿਰ 1200 ਦਾ 60% ਕੱਢੀਏ, 1200 ਗੁਣਾ 60 ਵਟੇ 100, 0 ਦੇ 0 ਕੱਟੀਏ, 6 12 6 ਕੀ 70, ਮਗਰ ਕੀ ਲਾਉਗੀ? 0 ਯਾਨੀ ਕਿ ਮੁੰਡੇ ਕਿੰਨੇ ਹੋ ਗਏ ਆਪਣੇ ਕੋਲ? 1200 ਚੋ ਮੁੰਡੇ ਕਿੰਨੇ ਆ ਗਏ? 720, ਤਾਂ ਫਿਰ ਕੁੜੀਆਂ ਕਿੰਨੀਆਂ ਹੋਈਆਂ? 480, 1200 ਚੋ 720 ਘਟਾ ਦੂੰਗੀ ਕਿੰਨਾ ਆ ਜਾਊਗਾ? 480, ਤੇ ਆ ਕੁੜੀਆਂ ਆ ਗਈ ਕਿਹੜੀ ਆਪਸ਼ਨ? ਅੱਛਾ, ਹੁਣ ਇੱਥੇ ਤਾਂ ਉਹਨਾਂ ਨੇ 720 ਤੇ 480 ਅਨੁਪਾਤ ਦਿੱਤਾ, ਹਾਂਜੀ, ਤਾਂ ਆਪਾਂ ਪਹਿਲਾਂ ਮੁੰਡੇ ਲਿਖਿਆ ਸੀ, ਪਹਿਲਾਂ ਮੁੰਡਿਆਂ ਦੀ ਗਿਣਤੀ ਲਿਖੀ ਆ, ਫਿਰ ਕੁੜੀਆਂ ਸੀ ਤਾਂ ਕੁੜੀਆਂ ਦੀ। ਹੁਣ ਦੱਸੋ ਇਹ ਕਿਹੜੇ ਭਾਰੇ ਦੇ? ਤੁਹਾਨੂੰ ਛੋਟਾ ਭਾਰਾ 2 ਦਾ ਆਉਂਦਾ, 2 ਤੋਂ ਕੱਟ ਦੋ, 6 ਤੇ ਵੀ ਜਾਂਦੇ ਆ, ਮੈਨੂੰ ਵੱਡਾ ਭਾਰਾ 12 ਦਾ ਆਉਂਦਾ, ਮੈਂ 12 ਦੇ ਕਰਨ ਲੱਗੀ, 12 ਜੀ ਕੀ ਮਤਲਬ ਮਗਰ 0, 12 ਚੌਕ 40 ਮਗਰ 0, ਉਹਨੇ ਫਿਰ ਕਿਹੜੇ ਭਾਰੇ ਤੇ ਆ? 10 ਜੀ ਕੀ 60, 10 ਚੌਕਾ 40, ਹੁਣ ਫਿਰ ਕਿਹੜੇ ਭਾਰੇ ਤੇ ਆ? 2, 3 ਅਨੁਪਾਤ 2, ਕਿਹੜੀ ਆਪਸ਼ਨ? ਕਰ ਲਓ ਕਿ
ਆਪ ਨੂੰ ਤੁਹਾਨੂੰ ਕੰਮ ਆਊਗਾ ਕਿਉਂਕਿ ਇਹ ਆਮ ਜ਼ਿੰਦਗੀ ਦੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਤੇ ਅੱਜ ਕੱਲ੍ਹ ਡਿਸਕਾਊਂਟ ਲੱਗਿਆ ਹੀ ਰਹਿੰਦਾ ਕਿਤੇ ਕਹਿ ਦਿੰਦੇ ਨੇ 5% ਸੇਲ ਹੈ ਕਿਤੇ ਕਹਿ ਦਿੰਦੇ 10% ਡਿਸਕਾਊਂਟ ਹੈ ਮਿਲਦਾ ਹੀ ਹੈ ਨਾ ਆਮ ਚੀਜ਼ ਖਰੀਦਦਾਰੀ ਕਰਨ ਤੇ ਤੁਹਾਡੇ ਕੰਮ ਦੀ ਹੈ ਧਿਆਨ ਨਾਲ ਦੇਖੋ ਇੱਕ ਸਕੂਟਰ ਦਾ ਮੁੱਲ ਕਿੰਨਾ ਜੀਰੋ ਜੀਰੋ ਕੱਟੀ ਗਈ
ਕੰਪਨੀਆਂ ਤੇ ਹੋਇਆ ਵਾਧਾ ਇਧਰ 1200 ਦਾ 10% ਦੂਜੇ ਬੇਸ ਤੇ ਕਿੰਨਾ ਲਾਭ ਹੋਇਆ 120 ਤੇ ਉਹਨੇ ਕੀ ਪਤਾ ਕਰਨ ਨੂੰ ਕਿਹਾ ਲਾਭ 180 ਵੈਰੀ ਗੁੱਡ ਤੂੰ ਦੱਸ ਦੇ 180 ਕਿਹਾ ਸੀ ਨਾ ਵੈਰੀ ਗੁੱਡ ਮੈਂ ਵੀ ਕਿਹਾ ਸੀ ਵੈਰੀ ਗੁੱਡ ਉਹਨਾਂ ਨੇ ਕਿਹਾ ਸੀ 100 ਆਈ ਤਾਂ ਸਹੀ ਲੱਗਦਾ ਹੈ ਮੁੰਡੇ ਕੁੜੀਆਂ ਨੇ ਕੀਤਾ ਸੀ ਨਾ ਸਵਾਲ ਪਹਿਲਾਂ ਮੈਨੂੰ ਦੱਸੋ ਕਿਵੇਂ ਸੌਖਾ ਤਰੀਕਾ ਟੋਟਲ ਮੈਂ ਹਮੇਸ਼ਾ ਕਹਿੰਦੀ ਹਾਂ ਜਦੋਂ ਪਰਸੈਂਟੇਜ ਦਾ ਟੋਟਲ ਦੇਖੀਦਾ ਨਾ ਕਿੰਨੇ ਚੋਂ ਦੇਖੀਦਾ ਨਾ ਸੌਆਂ ਚੋਂ ਪਰਸੈਂਟ ਹਮੇਸ਼ਾ ਟੋਟਲ ਕੀ ਮੰਨੀਦਾ 100 ਹੁਣ ਆਪਾਂ ਬੱਚਿਆਂ ਦੀ ਗਿਣਤੀ ਪਤਾ ਕਰਨੀ ਹੈ ਇੱਥੇ ਪਰਸੈਂਟ ਦਿੱਤੇ ਆ ਨਾ ਮਰਦ 35% ਮਰਦ 40% ਔਰਤਾਂ 35 ਤਾਂ ਟੋਟਲ ਕਿੰਨੇ ਪਰਸੈਂਟ ਹੋ ਗਿਆ ਜੀ 75% ਯਾਨੀ ਕਿ 1,80,000 ਚੋਂ 75% ਲੋਕ ਜਿਹੜੇ ਉਹ ਇੱਕ ਔਰਤਾਂ ਤੇ ਮਰਦ ਤਾਂ ਹੁਣ 100 ਦਾ 100 ਚੋਂ 75% ਘਟਾ ਦਈਏ ਤਾਂ ਬੱਚੇ ਕਿੰਨੇ ਪਰਸੈਂਟ ਰਹਿਗੇ 100 ਚੋਂ 75% ਆ ਘਟਾ ਦੇ ਮਰਦ ਔਰਤਾਂ ਤਾਂ ਕਿੰਨੇ ਰਹਿ ਗਏ 25% 25% ਕੀ ਰਹਿ ਗਏ ਬੱਚੇ ਬੱਚੇ ਹੁਣ 1,80,000 ਦਾ ਆਪਾਂ ਕੀ ਕੱਢਣਾ ਹੈ 25% ਇਸ ਸਵਾਲ ਨੂੰ ਕਰਨ ਦੇ ਦੋ ਤਰੀਕੇ ਪਹਿਲਾਂ ਆਪਾਂ ਤਰੀਕਾ ਸੌਖਾ ਤੇ ਸ਼ਾਰਟਕਟ ਕੀਤਾ ਆਪਾਂ ਮਰਦ ਤੇ ਔਰਤਾਂ ਦਾ ਜੋੜ ਕਰ ਲਿਆ ਉਹਨੂੰ 100 ਚ ਘਟਾਤਾ ਤਾਂ ਆਪਾਂ ਦੇਖ ਲਿਆ ਕਿ ਆਪਣੇ ਕੋਲ ਬੱਚੇ ਕਿੰਨੇ ਪਰਸੈਂਟ ਰਹਿ ਗਏ ਸਾਰੇ 25 ਤਾਂ ਹੁਣ 1,80,000 ਦਾ ਆਪਾਂ 25% ਕੱਢ ਲੈਣਾ ਉਹ ਆਪਣੇ ਕੋਲ ਬੱਚਿਆਂ ਦੀ ਗਿਣਤੀ ਆ ਚੁੱਕੀ ਹਨਾ 1,80,000 ਦਾ 25% ਆ ਕੱਟਿਆ ਗਿਆ ਹੁਣ 18 ਤੇ 25 ਗੁਣਾ ਕਰਕੇ ਦੱਸੋ ਕਿੰਨਾ ਜਵਾਬ ਆਉਣਾ 45,000 ਹੁਣ ਇਹ ਆਪਾਂ ਸ਼ਾਰਟਕਟ ਤਰੀਕਾ ਅਪਣਾਇਆ ਸੀ ਤੁਸੀਂ ਲੌਂਗ ਕੱਟ ਵੀ ਅਪਣਾ ਸਕਦੇ ਹੋ ਕਿਵੇਂ ਦੇਖੋ 35% ਔਰਤਾਂ ਦਾ 40% ਮਰਦ ਹੈ ਤੁਸੀਂ 1,80,000 ਦਾ 35% ਕਰ ਲਓ ਔਰਤਾਂ ਆ ਜਾਣਗੀਆਂ ਫਿਰ 1,80,000 ਦਾ 40% ਕਰ ਲਓ ਮਰਦ ਆ ਜਾਣਗੇ ਦੋਨਾਂ ਨੂੰ ਜੋੜ ਦੋਗੇ ਉਹਨੂੰ 1,80,000 ਤੋਂ ਘਟਾ ਦੋ ਸਿੱਧਾ ਕੀ ਆ ਜਾਣਗੇ 40 ਬਰਾਬਰ ਬਰਾਬਰ ਹੋ ਗਿਆ ਨਾ ਲਾਭ ਨਾ ਨਤੀਜਾ ਨਾ ਲਾਭ
No profit, no loss. 40% of this. ਇਹਦਾ ਬ੍ਰੈਕਟ ਹਾਲ ਕਰਦੀ ਹੈ ਪਹਿਲਾ ਬ੍ਰੈਕਟ 40% ਆਫ ਦਾ ਮਤਲਬ ਗੁਣਾ ਹੀ ਗੁਣਾ 100 - 20% ਆਫ 100 - 20 20% ਯਾਨੀ ਕਿ 20 ਬਟੇ 100 ਆਫ ਦਾ ਮਤਲਬ ਗੁਣਾ ਗੁਣਾ 300 ਹਾਂਜੀ ਹੁਣ ਆ ਦੋ ਜ਼ੀਰੋ ਇਹਨਾਂ ਇਕੱਠੇ ਦੇ ਹਾਂਜੀ ਅੱਛਾ ਫੇਰ ਉਹ ਮੈਂ 40% ਹੋ ਗਈ 60 ਦੀ 100 ਮਾਈਨਸ ਆ ਕਿੰਨਾ ਆਇਆ ਮਗਰ 0 60 ਆ ਗਿਆ ਹਨਾ 40% ਗੁਣਾ ਕਿੰਨਾ ਆ ਗਿਆ 40 ਆ ਪਰਸੈਂਟ ਦਾ ਆਗੇ ਥੱਲੇ ਕੀ ਲਾਉਂਗੇ 100 ਆ 0 0 ਕੱਟੀ ਗਈ ਹਾਂਜੀ 16 ਯਾਨੀ ਕਿ ਕੀ ਜਵਾਬ ਆ ਗਿਆ 16 ਸੌਖਾ ਹੀ ਕਿਹਾ ਹਾਂਜੀ 20% ਅਤੇ 10% ਦੀਆਂ ਦੋ ਲਗਾਤਾਰ ਛੋਟਾਂ ਤੇ ਸਿੰਗਲ ਡਿਸਕਾਊਂਟ ਕੀ ਹੋਵੇਗਾ ਲਗਾਤਾਰ ਛੋਟਾਂ ਤੇ ਵਾਟ ਵਿਲ ਬੀ ਦਾ ਸਿੰਗਲ ਡਿਸਕਾਊਂਟ ਔਨ ਟੂ ਸਕਸੈਸਿਵ ਡਿਸਕਾਊਂਟਸ ਇਹ ਕਿਵੇਂ ਕੱਢਾਂ ਮੈਂ ਤੁਹਾਨੂੰ ਬਾਰ-ਬਾਰ ਕਹਿੰਦੀ ਕਿ ਜਿਹੜੀ ਚੀਜ਼ ਨਾ ਸਮਝ ਆਏ ਨਾ ਉਦਾਹਰਣ ਲੈ ਲਓ ਉਹਨਾਂ ਦਾ ਪਰ ਕਲੀਅਰ ਹੋਏ ਮੰਨ ਲਓ ਆਪਾਂ 500 ਰੁਪਏ ਦੀ ਉਦਾਹਰਣ ਲਿੱਤੀ 500 ਰੁਪਏ ਆਪਣੇ ਮੂੰਹ 'ਚ ਰੱਟਿਆ ਹੋਇਆ 500 ਰੁਪਏ ਲੈ ਲਿਆ ਹਾਂਜੀ 500 ਦਾ ਆਪਾਂ ਪਹਿਲਾਂ ਕੀ ਕਰੀਏ 20% ਕੱਢੀਏ ਹਨਾ 500 ਦਾ 20% ਦੂਜੇ ਪਾਸੇ 500 ਦਾ ਕੀ ਕਿੰਨਾ ਕੱਢੀਏ 10% ਜੋੜ ਕਰਕੇ ਦੇਖ ਉਹਦਾ ਪਿਆ ਆ ਗਿਆ 0 0 ਕੱਢਿਆ 100 ਆ ਗਿਆ 5 ਤੋਂ ਨਹੀਂ ਕਿੰਨਾ ਗਿਆ 100 100 ਰੁਪਏ ਆ ਗਏ ਉਹਦਾ ਪਿਆ ਉਹਦਾ ਪਿਆ 100 ਦਾ 10% ਪਿਆ 50 ਰੁਪਏ ਆ ਤਾਂ ਹੁਣ ਲਾਭ ਕਿੰਨਾ ਹੋਗਾ ਟੋਟਲ 50 150 150 ਦੋ ਤਰੀਕੇ ਆ ਮੈਂ ਕੰਨ ਫੜਨਾ ਯਾਰ ਮੈਂ ਹੱਥ ਨਾਲ ਸਿੱਧਾ ਕੰਨ ਫੜਨਾ ਹੁਣ ਮੈਨੂੰ ਇਹ ਸਿੱਧਾ ਕੰਨ ਨਹੀਂ ਫੜਨਾ ਆਗਾ ਤਾਂ ਫਿਰ ਮੈਂ ਕੀ ਕਰੂੰ ਘੁਮਾ ਕੇ ਫੜੂੰਗੀ ਹਾਂਜੀ ਘੁਮਾ ਕੇ ਫੜੂੰਗੀ ਨਾ ਹੁਣ ਇੱਥੇ ਆਪਾਂ ਨੂੰ ਸਿੱਧਾ ਤਰੀਕਾ ਕੋਈ ਨਹੀਂ ਆਉਂਦਾ ਤਾਂ ਆਪਾਂ ਕੀ ਕੀਤਾ ਘੁਮਾ ਕੇ ਫੜ ਲਿਆ ਘੁਮਾਉਣ ਦਾ ਮਤਲਬ ਹੈ ਜਿਹੜੀਆਂ ਆਪਸ਼ਨ ਦਿੱਤੀਆਂ ਉਹਨਾਂ ਨੂੰ ਵੀ ਭਰ ਭਰ ਕੇ ਦੇਖ ਲਿਆ ਇੱਥੇ ਕੁਦਰਤੀ ਪਹਿਲੀ ਆਪਸ਼ਨ ਨਾਲ ਆਪਣਾ ਜਵਾਬ ਕੀ ਆ ਗਿਆ ਸਹੀ ਜੇ ਨਹੀਂ ਆਉਂਦਾ ਦੂਜੀ ਆਪਸ਼ਨ ਚੈੱਕ ਕਰਨੀ ਸੀ ਉਹ ਵੀ ਨਹੀਂ ਆਉਣਾ ਸੀ ਫਿਰ ਕਿੰਨੀ ਆਪਸ਼ਨ ਚੈੱਕ ਕਰਨੀ ਸੀ ਇੰਨੀ ਸੀ ਸਮਝ ਲੱਗ ਗਈ ਜੇ ਤਿੰਨੋਂ ਹੀ ਨਹੀਂ ਸਹੀ ਆਈਆਂ ਤਾਂ ਉਹ ਚੌਥਾ ਦਾ ਜਵਾਬ ਪੱਕਾ ਹੀ ਹੁਣ ਇੱਥੇ ਆਪਾਂ 50 - 500 ਦਾ ਇੱਕ ਉਦਾਹਰਣ ਲੈ ਲਈ ਕਿਉਂਕਿ ਇੱਥੇ ਆਪਾਂ ਨੂੰ ਕੋਈ ਰਕਮ ਤਾਂ ਦਿੱਤੀ ਨਹੀਂ ਉਦਾਹਰਣ ਲੈ ਲਈ ਜੇ 200 ਲੈ ਲਓ 200 ਲੈ ਲਓ ਸਾਰਿਆਂ ਦੇ ਕੀ ਆਊਗਾ ਯਾਨੀ ਕਿ ਜੇ ਆਪਾਂ ਸਿੰਗਲ ਕਰਨਾ ਹੋਵੇ ਤਾਂ ਦੋਵੇਂ ਪਰਸੈਂਟ ਨੂੰ ਕੀ ਕਰ ਦੇਣਾ ਹੁੰਦਾ ਜੋੜ ਜੇਕਰ ਕਿਸੇ ਸੰਖਿਆ ਦਾ 75% ਹੁਣ ਇੱਥੇ ਕਿਸੇ ਸੰਖਿਆ ਦਿੱਤੀ ਹੈ ਕੋਈ ਤਾਂ ਆਪਾਂ ਕੀ ਮੰਨ ਲਿਆ ਐਕਸ ਦਾ ਕੀ ਕੱਢਣਾ 75% 75 ਵਿੱਚ ਜੋੜਿਆ ਜਾਵੇ ਤਾਂ ਹੁਣ ਦੱਸੋ 75 ਵਿੱਚ ਜੋੜਿਆ ਜਾਵੇ ਦਾ ਕੀ ਮਤਲਬ ਹੈ ਤੇ ਕੀ 75 ਵਿੱਚ ਜੋੜਿਆ ਜਾਵੇ ਦਾ ਮਤਲਬ ਕੀ ਹੈ ਕਿ ਪਲੱਸ 75 ਤਾਂ ਨਤੀਜੇ ਵਿੱਚੋਂ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ ਕਿਹੜੀ ਸੰਖਿਆ ਪ੍ਰਾਪਤ ਹੁੰਦੀ ਹੈ ਐਕਸ ਕਿੰਨਾ ਗਿਆ
25 ਦੇ ਬੜੇ ਕੱਟਿਆ 25 ਚੌਕਾ 100 25 ਕੀਆ 75 3x 4 75 ਬਰਾਬਰ ਹੈ ਹੁਣ ਇਹ ਯਾਦ ਹੈ ਰਕਮਾਂ ਹਲ ਕਰਨਾ x ਵਾਲੀ ਰਕਮਾਂ ਹਾਂਜੀ x ਵਾਲੀ ਰਕਮਾਂ ਇੱਕ ਪਾਸੇ ਬਿਨਾਂ x ਵਾਲੀ ਰਕਮਾਂ ਇੱਕ ਪਾਸੇ 3x 4 x ਨੂੰ ਚਲੇ ਇੱਧਰ ਲੈ ਕੇ ਮਾਈਨਸ ਅੰਸ਼ਾਂ 75 ਨੂੰ ਉੱਧਰ ਲੈ ਕੇ ਗਈ ਤਾਂ ਉਹਨਾਂ ਲਾਇਆ ਇੱਕ 3x minus 4x ਬਟੇ 4 ਬਰਾਬਰ minus 75 minus x ਬਟੇ 4 ਬਰਾਬਰ minus 75 minus minus x ਬਰਾਬਰ 75 ਉਹਨਾਂ 4 ਕਿੰਨਾ ਹੋਗਾ 75 ਨੂੰ 4 ਨਾਲ ਗੁਣਾ ਕਰਾਂਗੇ 4 5 20 0 300 ਆ ਗਿਆ 300 ਤੇ ਜਵਾਬ ਕੀ ਆ ਗਿਆ 300 ਸਮਝ ਲੱਗ ਗਈ ਹਾਂਜੀ ਵੀਕਲੀ ਸ਼ੀਟ 5 ਕੀ ਹੋ ਗਈ ਕੰਪਲੀਟ